ਦੋਸਤੋ, ਅੱਜ ਮੈਂ ਤੁਹਾਡੇ ਸਾਹਮਣੇ ਕੁਝ ਗੱਲਾਂ ਸਾਂਝੀਆਂ ਕਰ ਰਿਹਾ ਹਾਂ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਸਮਾਜ ਵਿੱਚ ਕਰੋਨਾ ਵਰਗੀ ਭਿਆਨਕ ਬਿਮਾਰੀ ਨੇ ਕਿੰਨੇ ਪੈਰ ਪਸਾਰੇ ਹਨ, ਪਰੰਤੂ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਲੋਕ ਇਸਦਾ ਮਜ਼ਾਕ ਉਡਾ ਰਹੇ ਹਨ, ਜੋ ਕਿ ਸਾਡੇ ਲਈ ਬਾਹਲੀ ਚੰਗੀ ਗੱਲ ਨਹੀਂ ਹੈ। ਇੱਕ ਲੇਖਕ ਹੋਣ ਦੇ ਨਾਤੇ ਅਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਹਾਂ ਅਤੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਕਿ ਜੋ ਪ੍ਰਸ਼ਾਸਨ ਨੇ, ਸਰਕਾਰ ਨੇ ਨਿਯਮ ਬਣਾਏ ਹਨ, ਜੋ ਲੋਕਡਾਊਨ ਕੀਤਾ ਹੈ, ਉਸਦੀ ਉਲੰਘਣਾ ਨਾ ਕਰੋ। ਜਿਸ ਤਰ੍ਹਾਂ ਆਪਾਂ ਆਮ ਦੇਖਦੇ ਹਾਂ ਕਿ ਪੁਲਿਸ ਦੇ ਵਿਸਲ ਨੂੰ ਵਿਸਲ ਸੁਣਦੇ ਸਾਰ ਹੀ ਭੱਜ ਜਾਣਾ ਅਤੇ ਉਸ ਤੋਂ ਬਾਅਦ ਆ ਜਾਣਾ, ਇਹ ਕੋਈ ਬਾਹਲੀ ਵਧੀਆ ਗੱਲ ਨਹੀਂ, ਇਹ ਮੇਰੇ ਮੁਤਾਬਕ ਮੂਰਖਤਾ ਵਾਲੀ ਗੱਲ ਹੈ। ਜੇ ਦੋਸਤੋ, ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦਾ ਹਾਂ, ਜੇ ਸਾਡੇ ਨਾਲ ਚਾਈਨਾ ਇਟਲੀ ਵਾਲਾ ਹਾਲ ਹੋ ਗਿਆ ਤਾਂ ਫਿਰ ਅਸੀਂ ਸਿਰਫ ਸਾਡੇ ਪੱਲੇ ਪਛਤਾਵਾ ਰਹਿ ਜਾਊਗਾ, ਹੋਰ ਕੁਝ ਨਹੀਂ ਰਹਿ ਜਾਊਗਾ। ਇਸ ਕਰਕੇ ਸਾਨੂੰ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਮੈਂ ਦੋ ਲੈਣਾ ਤੁਹਾਡੇ ਰੂ ਕਰ ਰਿਹਾ ਹਾਂ। ਇੱਕ ਲੇਖ ਹੋਣ ਦੇ ਨਾਤੇ, ਬਚ ਜਾਓ ਲੋਕੋ ਕਰੋਨਾ ਦੇ ਭੈੜੇ ਡੰਗ ਤੋਂ, ਬਚ ਜਾਓ ਲੋਕੋ ਕਰੋਨਾ ਦੇ ਭੈੜੇ ਡੰਗ ਤੋਂ, ਬਾਰੇ ਬਾਰੇ ਜਾਓ ਕੁਦਰਤ ਦੇ ਰੰਗ ਤੋਂ, ਬਾਰੇ ਬਾਰੇ ਜਾਓ ਕੁਦਰਤ ਦੇ ਰੰਗ ਤੋਂ। ਇੱਕ ਵਾਰ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਣਾ, ਇੱਕ ਵਾਰ ਲੰਘਿਆ ਵੇਲਾ ਮੁੜ ਹੱਥ ਨਹੀਂ ਆਉਣਾ, ਫਿਰ ਦੇਸ਼ ਵਾਸੀ ਉਹ ਰਹਿ ਜਾਊਗਾ ਸਾਨੂੰ ਪਛਤਾਉਣਾ, ਫਿਰ ਦੇਸ਼ ਵਾਸੀ ਉਹ ਰਹਿ ਜਾਊਗਾ ਸਾਨੂੰ ਪਛਤਾਉਣਾ। ਕਰੋਨਾ ਵਰਗੀ ਮਹਾਂਮਾਰੀ ਦਾ ਤੁਸੀਂ ਮਜ਼ਾਕ ਨਾ ਉਡਾਓ, ਕਰੋਨਾ ਵਰਗੀ ਮਹਾਂਮਾਰੀ ਦਾ ਤੁਸੀਂ ਮਜ਼ਾਕ ਨਾ ਉਡਾਓ। ਵਾਸਤਾ ਪਾਉਂਦਾ ਹੈ ਹੰਡਿਆਲਵੀ ਪ੍ਰਸ਼ਾਸਨ ਦੇ ਨਿਯਮਾਂ ਨੂੰ ਜ਼ਰੂਰ ਅਪਣਾਓ, ਵਾਸਤਾ ਪਾਉਂਦਾ ਹੈ ਸੁਰੇਸ਼ ਪ੍ਰਸ਼ਾਸਨ ਦੇ ਨਿਯਮਾਂ ਨੂੰ ਜ਼ਰੂਰ ਅਪਣਾਓ। ਅਖੀਰ ਵਿੱਚ ਮੇਰੀ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਇਸ ਕਰੋਨਾ ਵਰਗੀ ਮਹਾਂਮਾਰੀ ਦਾ ਤੁਸੀਂ ਕਦੇ ਵੀ ਮਜ਼ਾਕ ਨਾ ਉਡਾਓ, ਇਸ ਨੂੰ ਸੀਰੀਅਸਲੀ ਲਓ। ਧੰਨਵਾਦ, ਥੈਂਕ ਯੂ।